ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਮਣੀਕਰਨ ਸਾਹਿਬ ਇੱਕ ਬਹੁਤ ਵੱਡੀ ਦੁਰਘਟਨਾ ਹੋਈ ਸੀ। ਉਸ ਦੁਰਘਟਨਾ ਦੇ ਵਿੱਚ 7 ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਜਿਹੜੇ ਸੀ ਉਹ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ। ਲੇਕਿਨ ਵੱਡੀ ਗੱਲ ਇਹ ਹੈ ਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਲੇਕਿਨ ਐਜ਼ ਏ ਜੇ ਆਪਾਂ ਪਰਸਨ ਦੇਖੀਏ ਤਾਂ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਏ ਸਨ ਕਾਂਗਰਸ ਪਾਰਟੀ ਦੇ ਆਲਾ ਕਮਾਨ। ਔਰ ਉਹਨਾਂ ਨੇ ਉਸ ਸਮੇਂ ਉਹਨਾਂ ਦੇ ਨਾਲ ਵਾਅਦਾ ਵੀ ਕੀਤਾ ਸੀ ਕਿ ਸਰਕਾਰ ਆਉਣ ਤੋਂ ਬਾਅਦ ਤੁਹਾਡੇ ਨਾਲ ਹਰ ਤਰ੍ਹਾਂ ਪੇਸ਼ ਕੀ ਆਵਾਂਗੇ ਔਰ ਤੁਹਾਨੂੰ ਬਣਦੀ ਹੋਈ ਜਿਹੜੀ ਨੌਕਰੀ ਦੇਵਾਂਗੇ। ਉਹ ਲੋਕ ਅੱਜ ਵੀ ਉਹਨਾਂ ਵਾਅਦਿਆਂ ਦੀ ਖਾਤਰ ਦਰ ਦਰ ਭਟਕ ਰਹੇ ਨੇ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਪੂਰੀ ਖਬਰ ਹੈ ਕੀ ਹੈ ਜੀ, ਚੱਲਦੇ ਸੰਗਰੂਰ ਜਿੱਥੋਂ ਮੇਰੇ ਨਾਲ ਜਗਤਾਰ ਬਾਬਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਬਾਬਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂ ਸੋਮ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ 2015 ਦੇ ਵਿੱਚ ਘਟਨਾ ਹੋਈ ਸੀ ਮਣੀਕਰਨ ਸਾਹਿਬ, ਤੇ ਉਹਦੇ ਵਿੱਚ ਜਿਹੜੇ ਸਰਾਂ ਦੇ ਵਿੱਚ ਰਹਿੰਦੇ ਹੁੰਦੇ ਨੇ ਲੋਕ, ਉਹਦੇ ਉੱਪਰ ਸਰਾਂ ਦੇ ਉੱਪਰ ਬਹੁਤ ਵੱਡਾ ਜਿਹੜਾ ਪਹਾੜ ਸੀ ਉਹ ਗਿਰ ਗਿਆ ਸੀ ਜੀ, ਜਿਹਦੇ ਵਿੱਚ ਉਸ ਟਾਈਮ ਕਾਫੀ ਲੋਕਾਂ ਦੀ ਮੌਤ ਹੋਈ ਸੀ ਤੇ ਕਾਫੀ ਲੋਕ ਜਿਹੜੇ ਜ਼ਖਮੀ ਹੋਏ ਸੀ, ਜਿਹਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੋਗਲਾ ਦੇ ਇੱਕ ਪਿੰਡ ਦੇ ਹੀ ਜਿਹੜੇ 18 ਨੌਜਵਾਨ ਮਣੀਕਰਨ ਸਾਹਿਬ ਦੀ ਯਾਤਰਾ ਕਰਨ ਗਏ ਸੀ, ਉਹਨਾਂ ਵਿੱਚੋਂ 7 ਨੌਜਵਾਨਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਤੇ ਜਿਹੜੇ 11 ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਤੇ ਜਦੋਂ ਹੀ ਇਸ ਘਟਨਾ ਦਾ ਪਤਾ ਲੱਗਿਆ ਸੀ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ, ਬਹੁਤ ਹੀ ਜਿਹੜਾ ਸੋਗ ਦੀ ਲਹਿਰ ਸੀ ਇੱਕਦਮ ਫੈਲ ਗਈ ਸੀ, ਤੇ ਇੱਥੋਂ ਤੱਕ ਕਿ ਸੋਮ ਜੀ 2-3 ਦਿਨ ਇਲਾਕੇ ਦੇ ਵਿੱਚ ਚੁੱਲ੍ਹਿਆਂ 'ਚ ਜਿਹੜੀ ਅੱਗ ਹੈਗੀ ਉਹ ਵੀ ਨਹੀਂ ਪਾਈ ਗਈ ਜੀ, ਕਿਉਂਕਿ ਜਿਹੜੀ ਘਟਨਾ ਇੰਨੀ ਦਰਦਨਾਕ ਸੀ ਵੀ ਇੱਕ ਟਾਈਮ ਤੇ ਇੱਕ ਪਿੰਡ ਵਿੱਚ 7 ਜਿਹੜੇ ਚਿਖਾ ਕੱਠੀਆਂ ਚਿਣੀਆਂ ਗਈਆਂ ਸੀ ਉਸ ਟਾਈਮ ਤੇ ਜਿਹੜਾ ਦਾਹ ਸੰਸਕਾਰ ਕੀਤਾ ਗਿਆ ਸੀ। ਲੇਕਿਨ ਉਸ ਤੋਂ ਥੋੜੇ ਇੱਕ ਹਫ਼ਤੇ ਬਾਅਦ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਆਪਣੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੁੰਦੇ ਸੀ ਤੇ ਉਹ ਪਿੰਡ ਇਹਨਾਂ ਦੇ ਰੋਗੜੇ ਪਿੰਡ ਤੇ ਪਤਾ ਲੈਣ ਆਏ ਆਪਣੇ ਪੂਰੀ ਕਮਾਂਡ ਦੇ ਸਹਿਤ, ਜਿਹਦੇ ਵਿੱਚ ਬੀਬੀ ਭੱਠਲ ਤੇ ਹੋਰ ਕਾਫੀ ਜਿਹੜੇ ਉੱਚ ਚੋਟੀ ਦੇ ਜਿਹੜੇ ਲੀਡਰ ਸ਼ਾਮਿਲ ਸੀ ਉਹਨਾਂ ਦੇ ਘਰੇ ਜਿਹੜਾ ਪਤਾ ਲੈਣ ਆਏ ਜੀ। ਤੇ ਦੁੱਖ ਸਾਂਝਾ ਕਰਨ ਉਪਰੰਤ ਉਹਨਾਂ ਨੂੰ ਦੁੱਖ ਕੋਈ ਉਹ ਨੀ ਪੁੱਛਿਆ ਹੈਗਾ ਵੀ ਕੀ ਗੱਲ ਬਾਤ ਹੈ ਕਿ ਉੱਥੇ ਸੋਫਿਆਂ ਤੇ ਬੈਠ ਕੇ ਉਹਨਾਂ ਨੂੰ ਵੋਟਾਂ ਲਈ ਹੀ ਕੰਪੈਲ ਕਰੀ ਗਏ ਜੀ, ਵੀ ਤੁਸੀਂ ਸਾਨੂੰ ਵੋਟਾਂ ਪਾਓ, ਸਰਕਾਰ ਲਿਆਓ, ਵੀ ਫੇਰ ਅਸੀਂ ਤੁਹਾਡੀ ਮਦਦ ਕਰ ਸਕਦੇ, ਨਹੀਂ ਤਾਂ ਵੀ ਸਾਡੇ ਹੱਥ ਦੇ ਵਿੱਚ ਕੁਛ ਵੀ ਨਹੀਂ ਹੈ। ਪਰ ਉਹਨਾਂ ਲੋਕਾਂ ਨੇ ਉਸ ਸਮੇਂ ਤੇ ਸੋਚ ਕੇ ਚਲੋ ਕੈਪਟਨ ਦੀ ਸਰਕਾਰ ਆ ਗਈ, ਪਰ ਅੱਜ ਤੱਕ ਜਿਹੜੇ ਉਹ ਪਰਿਵਾਰ ਹੈਗਾ ਉਹ ਸਿਰਫ ਕੈਪਟਨ ਦੇ ਵਾਅਦਿਆਂ ਕਹਿੰਦੇ ਪੂਰੇ ਹੋਣ ਦੇ ਇੰਤਜ਼ਾਰ ਦੇ ਵਿੱਚ ਹੀ ਨੇ ਅਜੇ ਤੱਕ। ਉਹਨਾਂ ਨੂੰ ਵਾਅਦੇ ਤਾਂ ਕੀ ਕਰਨੇ ਸੀ ਪੂਰੇ, ਪਰ ਸੂਰਤ ਤੱਕ ਨਹੀਂ ਜਿਹੜੀ ਉਹਨਾਂ ਨੂੰ ਮੁੜ ਕੇ ਦਿਖਾਈ ਪਰਿਵਾਰਾਂ ਨੂੰ, ਜਿਹਦੇ ਕਰਕੇ ਅੱਜ ਪਿੰਡ ਰੋਗਲਾ ਦੇ ਵਿੱਚ ਲੋਕਾਂ ਨੇ ਸਕੂਲ ਦੇ ਵਿੱਚ ਇਕੱਠੇ ਹੋ ਕੇ ਕਾਫੀ ਕੁਛ ਇਸੇ ਵਾਰ ਵਿਚਾਰ ਵਟਾਂਦਰਾ ਕੀਤਾ ਗਿਆ। ਈਵਨ ਪੰਜਾਬੀ ਟੀਮ ਨੂੰ ਜਾਣਕਾਰੀ ਦਿੱਤੀ, ਉਹਨਾਂ ਨੇ ਕਾਫੀ ਦੱਸਿਆ ਵੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਵੀ ਸਾਨੂੰ ਹਰੇਕ ਘਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀ ਦੇਣ ਵਾਸਤੇ ਵਾਅਦਾ ਕੀਤਾ ਸੀ ਤੇ ਹੋਰ ਵੀ ਕਾਫੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਜਿਹੜਾ ਉਹ ਵਾਅਦੇ ਨੂੰ ਹਜੇ ਤੱਕ ਕੋਈ ਬੂਰ ਲੱਗਦਾ ਨਜ਼ਰ ਨਹੀਂ ਆ ਰਿਹਾ ਜੀ ਸੋਮ ਜੀ। ਬਾਬਾ ਜੀ, ਇਸ ਸੰਬੰਧ ਵਿੱਚ ਮਤਲਬ ਪ੍ਰਸ਼ਾਸਨ ਨੂੰ ਵੀ ਕੋਈ ਮੰਗ ਪੱਤਰ ਦਿੱਤਾ ਹੈ ਜੀ? ਉਸ ਟਾਈਮ ਤੇ ਕਾਫੀ ਜਿਹੜੇ ਡੀਸੀ ਪੱਧਰ ਤੇ ਜਿਹੜੇ ਮੰਗ ਪੱਤਰ ਸੀ ਦਿੱਤੇ ਗਏ ਸੀ ਤੇ ਸਰਕਾਰਾਂ ਤੱਕ ਸਾਰੇ ਜਿੰਨੇ ਵੀ ਪਾਰਟੀਆਂ ਆਉਂਦੀ ਸੀ ਸਾਰਿਆਂ ਨੂੰ ਕਿਹਾ ਜਾਂਦਾ ਸੀ, ਪਰ ਹਰੇਕ ਪਾਰਟੀ ਦਾ ਤੇ ਹਰੇਕ ਉਸਦਾ ਇਹੀ ਹੁੰਦਾ ਸੀ ਵੀ ਜਦੋਂ ਵੀ ਅਸੀਂ ਸਾਡੇ ਸੱਤਾ ਦੇ ਵਿੱਚ ਆ ਗਏ, ਅਕਾਲੀ ਦਲ ਕਹਿੰਦਾ ਸੀ ਅਸੀਂ ਸੱਤਾ ਦੇ ਵਿੱਚ ਆ ਗਏ ਅਸੀਂ ਤੁਹਾਡੇ
ਜਿਹੜੇ ਆਹ ਕੰਮ ਨੇ ਕਰਾਂਗੇ, ਨੌਕਰੀ ਲਵਾਉਣ ਦੇ ਬੱਚਿਆਂ ਨੂੰ ਜਾਂ ਹੋਰ ਕੋਈ ਫੰਡ ਦੇਣ ਦੇ। ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਪੂਰੇ ਕਰਾਂਗੇ, ਤੇ ਕਾਂਗਰਸ ਸਰਕਾਰ ਕਹਿੰਦੀ ਸੀ ਅਸੀਂ ਪੂਰੇ ਕਰਾਂਗੇ। ਚਲੋ ਕਾਂਗਰਸ ਸਰਕਾਰ ਆ ਗਈ, ਇਹਨਾਂ ਦਾ ਹੱਕ ਬਣਦਾ ਸੀ। ਵੈਸੇ ਤਾਂ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਹੀ ਕਿਹਾ ਸੀ ਘਰ ਘਰ ਨੌਕਰੀ। ਜੀ ਆਪਾਂ ਕਹਿੰਦੇ ਵੀ ਚਲੋ ਜੇ ਘਰ ਘਰ ਨੌਕਰੀ ਨਹੀਂ ਦੇ ਸਕਦੇ, ਜਿਹੜੇ ਇਹੋ ਜਿਹੇ ਦੁੱਖਾਂ ਦੇ ਵਿੱਚੋਂ ਲੰਘੇ ਹੋਏ ਪਰਿਵਾਰ ਨੇ, ਬਹੁਤ ਗਰੀਬ ਪਰਿਵਾਰ ਨੇ ਸੋਮ ਜੀ, ਤੁਹਾਨੂੰ ਦੱਸ ਦੇ ਮੈਂ ਸਾਰਿਆਂ ਚੋਂ, ਤੇ ਉਹਨਾਂ ਨੂੰ, ਉਹਨਾਂ ਦੇ ਜਿਹੜੇ ਬਜ਼ੁਰਗ ਨੇ ਬਹੁਤ ਹੁਣ ਤੱਕ ਵੀ ਜਿਹੜੇ ਦਿਹਾੜੀਆਂ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ, ਬਿਲਕੁਲ, ਉਹਨਾਂ ਦੇ ਮੈਂ ਜਿਹੜੇ ਬੱਚੇ ਨੇ ਬਹੁਤ ਜਿਹੜੇ ਨੌਕਰੀ ਦੇ ਇੰਤਜ਼ਾਰ ਦੇ ਵਿੱਚ ਨੇ, ਉਹਨਾਂ ਨੂੰ ਜਿਹੜੇ ਨੌਕਰੀ ਇਹ ਦਿੱਤੀ ਜਾਵੇ ਬਹੁਤ ਵਧੀਆ ਗੱਲ ਹੋਵੇ ਜੀ ਸੋਮ ਜੀ। ਬਹੁਤ ਬਹੁਤ ਮਿਹਰਬਾਨੀ ਬਾਬਾ ਜੀ, ਤੁਸੀਂ ਅਪਡੇਟ ਦਿੱਤੀ ਇਸ ਸੰਬੰਧ ਵਿੱਚ, ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਤੁਸੀਂ ਅੱਜ ਇੱਥੇ ਸਕੂਲ ਦੇ ਵਿੱਚ ਮੀਟਿੰਗ ਰੱਖੀ ਹੈਗੀ, ਕਾਹਦੇ ਵਾਸਤੇ ਰੱਖੀ ਹੈ? ਇਹ ਬੱਚਿਆਂ ਖਾਤਰ ਹੀ ਰੱਖਿਆ ਜੀ, ਬੱਚੇ ਨਹੀਂ, ਮਨੀਕਰਨ ਹਾਦਸਾ ਹੋ ਗਿਆ ਜੀ, ਪਹਾੜ ਥੱਲੇ ਦੱਬ ਗਏ ਸੀ, ਅਤੇ ਕੈਪਟਨ ਸਾਹਿਬ ਘਰ ਆਏ, ਅਤੇ ਧਮਾਨ ਸਾਹਿਬ ਵੀ ਆ, ਅਤੇ ਉਹਦੇ ਘਰਵਾਲੀ ਵੀ ਆਈ ਸੀ। ਸਾਨੂੰ ਵੋਟਾਂ ਪਾਓ ਤੁਸੀਂ, ਤੁਹਾਨੂੰ ਇੱਕ ਬੱਚੇ ਨੂੰ ਨੌਕਰੀ ਦੇਵਾਂਗੇ, ਅਤੇ ਵੋਟਾਂ ਪਵਾ ਕੇ ਚਲੇ ਗਏ ਨੌਕਰੀ, ਹਾਲ ਤੱਕ ਪ੍ਰਸ਼ਨ ਵੀ ਨਹੀਂ ਲੱਗੀ ਸਾਡੀ। ਹੁਣ ਮੰਗ ਇਹੀ ਹੈ ਜੀ, ਨੌਕਰੀ ਜਿਹੜੀ ਬੋਲ ਕੇ ਗਏ ਅਤੇ ਉਹ ਦੇਣ, ਉਹਨੇ ਵਾਅਦੇ ਪੂਰੇ ਕਰਨ ਆਪਦੇ ਜਿਹੜੇ ਆਖਿਆ ਸੀ। ਤੁਸੀਂ ਨਹੀਂ, ਹਾਂ ਗਏ ਜੀ ਇੱਕ ਵਾਰੀ ਜੀ, ਦੋ ਵਾਰੀ ਵਾਗੇ, ਧਮਾਨ ਲਵੇ ਵੀ ਵਾਗੇ ਜੀ, ਕੋਈ ਸੁਣਵਾਈ ਨਹੀਂ ਹੋਈ ਹੈਗੀ ਜੀ। ਫਿਰ ਜੇ ਹੁਣ ਦੁਬਾਰੇ ਵੋਟਾਂ ਲੈਣ ਆਉਂਗੇ ਫਿਰ ਕੀ ਕਰੋਗੇ? ਫਿਰ ਅਸੀਂ ਕੋਈ ਵੋਟ ਨਹੀਂ ਪਾਉਂਦੇ ਜੀ ਉਹਨਾਂ ਨੂੰ ਹੁਣ। ਸਾਰਾ ਨਗਰ ਤੁਹਾਡੇ ਨਾਲ ਹੈ ਜੀ? ਹਾਂ ਜੀ, ਕੋਈ ਵੋਟ ਨਹੀਂ ਪਾਣੀ, ਅਸੀਂ ਤਾਂ ਮੁਰਦਾਬਾਦ ਬੁਲਾਵਾਂਗੇ ਜੀ, ਸਾਡੀ ਪ੍ਰਸ਼ਨ ਵੀ ਮੰਨੀ, ਅਸੀਂ ਭੁੱਖੇ ਮਰਦੇ ਫਿਰਦੇ ਹਾਂ ਹੁਣ। ਕੀ ਨਾਮ ਹੈ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਕਿਹੜਾ ਪਿੰਡ? ਰੋਗਲਾ ਜੀ। ਇੱਕ ਰੋਗਲੇ ਬਹੁਤ ਵੱਡਾ ਹਾਦਸਾ ਹੋਇਆ ਸੀ, ਤੁਸੀਂ ਉਸ ਪਰਿਵਾਰ ਦੇ ਮੈਂਬਰ ਹੋਗੇ, ਕੀ ਕਾਰਨ ਸੀ? ਇਹ ਆਪਣੀ ਪਰਿਵਾਰ ਤੀ ਜੀ, ਆਪਣੇ 11-18 ਮੁੰਡੇ ਗਏ ਤੇ ਜੀ, ਮੋਟਰਸਾਈਕਲਾਂ 'ਤੇ ਗਏ ਨੇ ਉੱਥੇ ਜੀ, ਵਧੀਆ ਨਹਾਤੇ ਧੋਤੇ ਨੇ ਜੀ, ਬਹੁਤ ਵਧੀਆ ਸੇਵਾ ਕੀਤੀ ਜੀ ਉਹਨਾਂ ਨੇ। ਜਦੋਂ ਆਪਣੇ ਤੁਰਨ ਦਾ ਟਾਈਮ ਹੋਇਆ ਜੀ ਉਹਨਾਂ ਦਾ, ਉਹ ਬਾਬਾ ਜੀ ਕਹਿਣ ਲੱਗੇ ਤੁਸੀਂ ਅਜੇ ਰਹੋ ਜੀ, ਇਹ ਇੰਨੀ ਕੁ ਸੇਵਾ ਕਰਕੇ ਤੁਸੀਂ ਦੂਰ ਦੂਰ ਜਾਣਾ ਜੀ। ਉਹ ਜਿੰਨੇ ਮੁੰਡੇ ਆਪਣੇ ਉਰਾ ਪਰਾਂ ਫਿਰਦੇ ਤੇ ਜੀ, ਉਹ ਸਾਰੇ ਇਕੱਠੇ ਹੋ ਗਏ ਜੀ, ਉਹ ਇਕੱਠੇ ਹੋ ਕੇ ਜਦੋਂ ਤੁਰਨ ਦੀ ਤਿਆਰੀ ਕਰੀ ਜੀ, ਉਹ ਕੋਈ ਮੋਬਾਈਲ 'ਤੇ ਬੈਠਾ ਜੀ, ਕੋਈ ਕੁਛ ਕਰਦਾ ਹੈ। ਜਦੋਂ ਤੁਰਨ ਦਾ ਟਾਈਮ ਹੋਇਆ ਜੀ, ਉਦੋਂ ਬੱਚਿਆਂ ਦੇ ਉੱਪਰ ਇਹੋ ਜਿਹਾ ਮਾਹੌਲ ਹੋਇਆ ਜੀ, ਉਹਨਾਂ 17-18 ਬੱਚਿਆਂ ਦੇ ਜੀ ਉੱਪਰ ਪਹਾੜ ਡਿੱਗਿਆ ਜੀ, ਉਹਨਾਂ ਵਿੱਚੋਂ ਜੀ 11 ਬੱਚੇ 7 ਪੂਰੇ ਹੋ ਗਏ ਜੀ, ਉਹਦੇ ਵਿੱਚੋਂ 11 ਫੱਟੜ ਹੋ ਗਏ ਜੀ। ਅਸੀਂ ਮੀਟਿੰਗ ਇਹ ਰੱਖੀ ਹੈ ਜੀ, ਸਾਡੇ ਬੱਚੇ ਮਨੀਕਰਨ ਸਾਹਿਬ ਪੂਰੇ ਹੋ ਗਏ ਤੇ ਜੀ, ਉਦੋਂ ਮੌਕੇ 'ਤੇ ਸਰਕਾਰ ਪਹੁੰਚੀ ਉਰੇ ਰਾਜਾ ਸਾਹਿਬ ਜੀ, ਉਹ ਸਾਨੂੰ ਕਹਿੰਦਾ ਵੀ ਤੁਸੀਂ ਉਹ ਨਾ ਕਰੋ ਜੋ ਕੁਛ ਹੋਣਾ ਤੀ ਹੋ ਗਿਆ, ਵੀ ਮੇਰੀ ਸਰਕਾਰ ਜਦੋਂ ਹੁਣ ਆਊਗੀ ਵੀ ਮੈਂ ਤੁਹਾਡੇ ਕਿ ਇੱਕ ਬੱਚੇ ਨੂੰ ਨੌਕਰੀ ਦੇਊਂਗਾ, ਵੀ ਉਹਨਾਂ ਨੂੰ ਤਾਂ ਮੈਂ ਮੋੜ ਨਹੀਂ ਸਕਦਾ, ਵੀ ਤੁਸੀਂ ਹੁਣ ਇੰਨੀ ਕੁ ਬੇਨਤੀ ਹੈ ਵੀ ਮੇਰੀ ਸਰਕਾਰ ਲਿਆਓ, ਮੈਂ ਤੁਹਾਨੂੰ ਨੌਕਰੀ ਦੇਊਂਗਾ ਜੀ। ਸਾਡੀ ਉਹਨੇ ਕੋਈ ਗੱਲ ਨਹੀਂ ਜੀ ਸੁਣੀ। ਕੀ ਹੋਇਆ ਸੀ ਹਾਦਸਾ? ਹਾਦਸਾ ਪਹਾੜ ਗਿਰ ਗਏ ਜੀ ਉੱਥੇ ਬੱਚਿਆਂ ਦੇ ਉੱਪਰ। ਕਿੰਨਾ ਚਿਰ? 5 ਸਾਲ ਹੋ ਗਏ ਜੀ। ਕੀ ਨਾਮ ਹੈ ਬਾਪੂ ਜੀ? ਮੱਗਰ ਰਾਮ। ਮੱਗਰ ਰਾਮ ਜੀ, ਕੀ ਲੱਗਦੇ ਸੀ ਜਿਹੜੇ ਉੱਥੇ ਮਨੀਕਰਨ ਗਏ ਸੀ ਤੁਹਾਡੇ ਨਾਲ? ਕੀ ਰਿਸ਼ਤਾ? ਮੁੰਡਾ ਸੀ ਜੀ ਮੇਰਾ। ਕੀ ਹੋਇਆ ਸੀ? ਬਸ ਕਈ ਸਾਲਾਂ ਤੋਂ ਲਿਆ ਕੇ ਜਾਂਦੇ ਤੇ, ਸੇਵਾਦਾਰ ਕਰਦੇ ਤੇ ਉੱਥੇ ਸੇਵਾ, ਉੱਥੇ ਜਾ ਕੇ ਬਸ ਮੁੜ ਕੇ ਆਉਣ ਦੇ ਟਾਈਮ 'ਤੇ ਆਵਾ ਸਾਸਾ ਹੋ ਗਿਆ ਉੱਥੇ। ਕਿੰਨੇ ਜਾਣੇ ਤੇ ਜੀ? 18 ਜਣੇ ਤੇ ਜੀ। ਕਿੰਨਿਆਂ ਦੇ ਸੱਟਾਂ ਲੱਗੀਆਂ, ਕਿੰਨਿਆਂ ਦੀ ਮੌਤ ਹੋਈ? 7 ਤਾਂ ਜਣੀ ਉਹ ਹੋ ਗਏ ਜੀ, ਬਾਕੀ ਸੱਟਾਂ ਲੱਗੀਆਂ। ਅੱਛਾ, ਸਾਰਿਆਂ ਦੇ। ਫਿਰ ਤੁਹਾਡੀ ਕੋਈ ਸਰਕਾਰ ਨੇ ਪੰਜਾਬ ਵਾਲੀ ਨੇ ਕੋਈ ਸੁਧਾਰ ਲਈ? ਪੰਜਾਬ ਸਰਕਾਰ ਨੇ ਵਾਅਦਾ ਕਰਿਆ ਸੀ ਜੀ ਘਰ ਘਰ ਆ ਕੇ ਸਾਡੇ, ਵੀ ਜੇ ਸਾਡੀ ਸਰਕਾਰ ਬਣ ਗਈ ਵੀ ਅਸੀਂ ਤੁਹਾਡਾ ਇੱਕ ਇੱਕ ਬੰਦਾ
ਮੁਲਾਜ਼ਮ 'ਤੇ ਰੱਖਣਾ। ਫਿਰ ਹੁਣ ਸਾਡੀ ਉਦੋਂ ਮਗਰੋਂ ਕੋਈ ਦੇਖਭਾਲ ਨਹੀਂ ਕਰੀ ਹੈਗੀ, ਕੋਈ ਪੁੱਛ ਪ੍ਰਤੀਤ ਨਹੀਂ ਹੋਈ ਸਾਡੀ। ਬਸ ਆਹੀ ਹੈ ਜੀ, ਜੇ ਕੋਈ ਕਿਸੇ ਬੱਚੇ ਨੂੰ ਰੁਜ਼ਗਾਰ ਮਿਲ ਜੇ ਜਿਹੜਾ ਕੋਈ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ 'ਤੇ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ। ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।